ਸਤਿੰਦਰ ਕੌਰ ਸੋਨੀਆ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ। ਅੱਜ ਮੈਂ ਸਮਝਦੀ ਇੱਕ ਬਹੁਤ ਇਤਿਹਾਸਿਕ ਦਿਨ ਹੈ। ਸਾਡੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇੱਕ ਫੈਸਲਾ ਲਾਗੂ ਕੀਤਾ, ਮੈਂ ਸਮਝਦੀ ਹਾਂ ਇੱਕ ਅੱਜ ਕਿਸਾਨਾਂ ਵਾਸਤੇ, ਮੇਰੇ ਕਿਸਾਨ ਵੀਰਾਂ ਵਾਸਤੇ ਅੱਜ ਦਾ ਦਿਨ ਕਿਸੇ ਦੀਵਾਲੀ ਤੋਂ ਘੱਟ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜਾ ਕੇਂਦਰ ਨੇ ਫੈਸਲਾ ਕੀਤਾ ਸੀ, ਕਿਸਾਨਾਂ ਦੇ ਉੱਤੇ ਖੇਤੀ ਕਾਨੂੰਨ ਲਾਗੂ ਕੀਤਾ ਸੀ, ਉਸ ਨੂੰ ਰੱਦ ਕਰਕੇ ਇੱਕ ਸਰਕਾਰੀ ਜਿਹੜਾ ਮਤਾ ਪਾਸ ਕੀਤਾ, ਜਿਸ ਦੇ ਨਾਲ ਪੰਜਾਬ ਦੀਆਂ ਆਪਣੀਆਂ ਮੰਡੀਆਂ ਹੋਣਗੀਆਂ ਔਰ ਜਿਹੜਾ ਵੀ ਪੰਜਾਬ ਦੇ ਵਿੱਚ MSP ਤੋਂ ਘੱਟ ਮੁੱਲ ਦੇਵੇਗਾ ਉਸ ਦੇ ਲਈ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ। ਔਰ ਹਮੇਸ਼ਾ ਹੀ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੀ ਲੜਾਈ ਲੜਦੀ ਰਹੀ ਹੈ। ਪਹਿਲੇ ਦਿਨ ਤੋਂ ਹੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਹਾਂ, ਅੱਜ ਵੀ ਕਿਸਾਨਾਂ ਦੇ ਨਾਲ ਹਾਂ। ਇਹਦੇ ਲਈ ਚਾਹੇ ਸਾਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪੈਣ, ਸਾਨੂੰ ਅਸਤੀਫੇ ਦੇਣੇ ਪੈਣ, ਅਸੀਂ ਦੇਵਾਂਗੇ, ਲੇਕਿਨ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਕਦੀ ਵੀ ਧੱਕਾ ਨਹੀਂ ਹੋਣ ਦੇਵਾਂਗੇ। ਇਹਦੇ ਲਈ ਮੈਂ ਆਪਣੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੀ ਸਹਿਯੋਗ ਅਗਵਾਈ ਦੇ ਵਿੱਚ ਅੱਜ ਪੰਜਾਬ ਤਰੱਕੀ ਦੀ ਰਾਹ 'ਤੇ ਹੈ। ਔਰ ਮੈਂ ਆਪਣੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੰਦੀ ਹਾਂ ਕਿ ਅੱਜ ਦਾ ਦਿਨ ਸਾਡੇ ਲਈ ਕਿਸੇ ਦੀਵਾਲੀ ਤੋਂ ਘੱਟ ਨਹੀਂ ਹੈ। ਸਾਡੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ। ਇਹਦੇ ਲਈ ਮੈਂ ਸਮੁੱਚੇ ਅੰਮ੍ਰਿਤਸਰ ਵਾਸੀਆਂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਜੈ ਹਿੰਦ। BJP 17 ਦੇ ਵਿੱਚ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹੀ ਬਿੱਲ ਲਿਆਂਦਾ ਸੀ, ਉਦੋਂ ਇਹਨਾਂ ਨੇ ਸਮਰਥਨ ਕਰਕੇ ਪਾਸ ਵੀ ਕੀਤਾ ਸੀ, ਫਿਰ 2019 ਅੱਜ ਦੇਖੋ ਵਿਧਾਨ ਸਭਾ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਦੁਬਾਰਾ ਆਪਣੇ ਕੈਬਨਿਟ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਜਿਹੜਾ ਫੈਸਲਾ ਅੱਜ ਕੀਤਾ, ਇਹ ਕਿਸਾਨਾਂ ਦੇ ਹੱਕਾਂ ਲਈ ਕੀਤਾ। ਮੈਂ ਸਮਝਦੀ ਹਾਂ ਇਹਦੇ ਲਈ ਕਿਸਾਨ ਭਰਾਵਾਂ ਦੇ ਲਈ ਇਸ ਤੋਂ ਵੱਡੀ ਜਿੱਤ ਕੋਈ ਨਹੀਂ ਹੈ। ਇਹ ਲੱਗਦਾ ਕਿਸਾਨਾਂ ਨੂੰ ਰਾਹਤ ਮਿਲੀ ਹੈ ਜੀ? ਬਿਲਕੁਲ, ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਰਾਹਤ ਹੈ। ਜਿਹੜੇ ਲੰਬੇ ਸਮੇਂ ਤੋਂ ਧਰਨੇ ਲਾ ਕੇ ਬੈਠੇ ਸੀ, ਅੱਜ ਉਹਨਾਂ ਵਾਸਤੇ ਇਹ ਬਹੁਤ ਵਧੀਆ ਕਦਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਚੁੱਕਿਆ। ਅਸੀਂ ਅੱਜ ਇਹ ਜਿਹੜਾ ਦਿਨ ਹੈ, ਨੱਚ ਟੱਪ ਕੇ, ਹੱਸ ਖੇਡ ਕੇ, ਖੁਸ਼ ਲੱਡੂ ਵੰਡ ਕੇ, ਪਟਾਕੇ ਚਲਾ ਕੇ, ਇੱਕ ਦੀਵਾਲੀ ਦਾ ਦਿਨ ਜਿਹੜਾ ਦੀਵਾਲੀ ਸਮਝ ਕੇ ਅੱਜ ਦਾ ਦਿਨ। MSP ਦੀ ਗੱਲ ਕੀਤੀ ਤੁਸੀਂ, MSP ਤੇ ਕਿਹਾ ਕਿ 5 ਲੱਖ ਰੁਪਏ ਜੁਰਮਾਨਾ ਤੇ 1 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਕਾਂਗਰਸ ਨੇ ਕਿਹਾ। MSP ਕੇਂਦਰ ਸਰਕਾਰ ਵੀ ਕਹਿੰਦੀ MSP ਆਪਾਂ ਖਤਮ ਨਹੀਂ ਕਰ ਰਹੇ, ਫਿਰ ਇਹਨਾਂ ਨੇ ਵੱਖਰਾ ਕੀ ਕੀਤਾ? ਦੇਖੋ ਜੀ, ਇਹ ਕੇਂਦਰ ਸਰਕਾਰ ਸਿਰਫ ਮੂੰਹ ਜ਼ਬਾਨੀ ਗੱਲਾਂ ਕਰਦੀ ਹੈ, ਕਾਗਜ਼ੀ ਜੋ ਲਿਖਤ ਹੈ ਉਹਨਾਂ ਕੋਲ ਕੋਈ ਨਹੀਂ, ਸਿਰਫ ਮੂੰਹ ਨਾਲ ਗੱਲਾਂ ਕਰਨ ਨਾਲ ਕੁਛ ਨਹੀਂ। ਜਾਂ ਤਾਂ ਉਹ ਲਿਖਤੀ ਰੂਪ ਦੇ ਵਿੱਚ ਦੇਣ ਫੈਸਲਾ ਆਪਣਾ ਕਿ ਅਸੀਂ MSP ਦੇਵਾਂਗੇ, ਗੱਲਾਂ ਕਰਨ ਨਾਲ ਕੁਛ ਨਹੀਂ ਹੋਣਾ।